ਆਪਣੇ ਪੰਜਾਬੀ 'ਚ ਕਹਿੰਦੇ ਨੱਚਣ ਲੱਗ ਗਈ ਫਿਰ ਘੁੰਡੀ ਕਾਹਦਾ। ਬਿਲਕੁਲ। ਸੋ ਉਹ ਥੋਟ ਪ੍ਰੋਸੈਸ 'ਤੇ ਮੈਂ ਚੱਲਿਆ ਹੋਇਆ। ਜਦ ਮੈਂ ਜੈਸੀ ਜੀ ਕੋ ਦੇਖੀ ਥੀ, ਬਿਕਾਜ਼ ਆਈ ਡਿਡਨਟ ਨੋ ਐਕਚੁਅਲੀ ਕਟੋਰੀ ਕੱਟ ਇਹ ਸਭ ਕਰਕੇ ਆਨੇ ਵਾਲੇ ਕਟੋਰੀ ਕੱਟ ਮਤਲਬ ਕਹਿੰਦੇ ਕਟੋਰੀ ਕੱਟ ਕਟੋਰੀ ਕੱਟ। ਤੋ ਆਈ ਰਿਮੈਂਬਰ ਮੈਂ ਉਨਕੋ ਦੇਖੀ ਥੀ ਐਂਡ ਆਈ ਮੈਂ ਹੱਸਨੇ ਲੱਗੀ ਲਾਈਕ ਓ ਵਾਓ ਓਕੇ। ਲੇਕਿਨ ਕੈਰੇਕਟਰ ਕੇ ਲਈ ਮੈਂ ਕਿਸੀ ਔਰ ਕੋ ਇਮੈਜਿਨ ਵੀ ਨਹੀਂ ਕਰ ਸਕਤੀ। ਜਬ ਮੈਂ ਜੈਸੀ ਜੀ ਕੋ ਦੇਖੀ ਥੀ, ਹਮ ਸ਼ੂਟ ਕਰ ਰਹੇ ਥੇ, ਵੋ ਕੈਰੇਕਟਰ ਮੇਂ ਇਤਨਾ ਘੁਸ ਗਿਆ, ਇਟ ਵਾਸ ਸੋ ਮਚ ਫਨ। ਮੈਂ ਲੈਂਸਰ ਜਦੋਂ ਬਣਾਇਆ ਸੀ ਮੈਨੂੰ ਯਾਦ ਆ ਕਿ ਮੈਂ ਆਪ ਹੀ ਸੁਣੀ ਜਾਣਾ, ਆਪ ਹੀ ਸੋਚੀ ਜਾਣਾ ਕਿ ਯਾਰ ਇਹ ਗਾਣਾ ਰਿਲੀਜ਼ ਹੋ ਜਾਵੇ ਨਾ ਜੇ, ਕਿਉਂਕਿ ਟੀ ਸੀਰੀਜ਼ ਨੂੰ ਦਿੱਤਾ ਸੀ ਉਹਨਾਂ ਨੇ ਆਪਣੇ ਹਿਸਾਬ ਨਾਲ ਰਿਲੀਜ਼ ਕਰਨਾ ਸੀਗਾ, ਕੁੜੀ ਹੀ ਬਣਨਾ ਬਿਲਕੁਲ ਹੀ ਆਪਣੇ ਕੰਫਰਟ ਜ਼ੋਨ ਕੰਫਰਟ ਜ਼ੋਨ ਤੋਂ ਬਾਹਰ। ਅਤੇ ਉਹਨੇ ਮੈਨੂੰ ਉਸ ਟਾਈਮ ਬੜਾ ਮਾਇੰਡ ਤੋਂ ਪ੍ਰਪੇਅਰ ਕਰਵਾਇਆ ਔਰ ਮੈਂ ਐਕਟਿੰਗ ਨੂੰ ਹੋਰ ਸੀਰੀਅਸਲੀ ਦੇਖਣਾ ਸ਼ੁਰੂ ਕੀਤਾ। ਅਗਰ ਉਹਨੇ ਵਾਰਨਿੰਗ ਦੀ ਫਿਲਮ ਲਈ ਸਾਡੀ ਗੱਲ ਚੱਲਦੀ ਸੀ, ਮੈਂ ਕਿਹਾ ਵੀਰੇ ਬੜੀ ਸੋਹਣੀ ਫਿਲਮ ਬਣਾਈ ਆ, ਅਤੇ ਉਹ ਕਹਿੰਦੇ ਯਾਰ ਮੈਂ ਫਿਲਮਾਂ ਮੇਰੇ ਕੋਲ ਬਹੁਤ ਹੁੰਦੀਆਂ ਨੇ, ਮੈਨੂੰ ਇੱਕ ਰੋਮਾਂਟਿਕ ਫਿਲਮ ਵੀ ਬਣਾਉਣੀ ਆ, ਮੈਂ ਲੋਕਾਂ ਨੂੰ ਲੱਗਦਾ ਸ਼ਾਇਦ ਮੈਂ ਐਕਸ਼ਨ ਹੀ ਬਣਾ ਸਕਦਾ। ਵਿੱਚ ਜਾ ਕੇ ਤਾਂ ਮੇਰੇ ਇੱਦਾਂ ਹੋ ਗਿਆ ਸੀ ਮੈਨੂੰ ਕੋਈ ਫਿਲਮ ਸੁਣਾਉਣ ਆਉਂਦੇ ਪੰਜਾਬੀ, ਮੈਂ ਸੋਚਦਾ ਵੀ ਯਾਰ ਇੰਗਲੈਂਡ ਜਾ ਕੇ ਤਾਂ ਨਹੀਂ ਸ਼ੂਟ ਕਰਨੀ, ਮੇਰਾ ਪਹਿਲਾਂ ਹੀ ਹੁੰਦਾ ਸੀ ਜੇ ਇੰਗਲੈਂਡ ਜਾ ਕੇ ਸ਼ੂਟ ਕਰਨੇ ਆ, ਸੋਰੀ ਫਿਰ ਨਹੀਂ ਆਪਾਂ। ਇਹ ਐਕਚੁਅਲੀ ਮੇਰੀ ਪਹਿਲੀ ਪੰਜਾਬੀ ਫਿਲਮ ਸੀ। ਸ਼ੂਟ ਪਹਿਲੀ ਹੀ ਸੀ। ਯੈਸ ਇਨ 2022 ਮੈਨੂੰ ਕੋਈ ਵੀ ਚੀਜ਼ ਇੱਦਾਂ ਨਹੀਂ ਮਿਲੀ, ਓਵਰ ਦਾ ਨਾਈਟ ਨਹੀਂ ਮਿਲੀ। ਅਗਰ ਮੈਂ ਆਪਣੇ ਸਿੰਗਿੰਗ ਦੀ ਵੀ ਗੱਲ ਕਰਾਂ ਚਾਹੇ ਮੈਂ ਕੋਈ ਵੀ ਗੱਲ ਕਰਾਂ, ਮੈਨੂੰ ਕੋਈ ਆਏ ਨਹੀਂ ਮਿਲੀ ਕਿ ਜੀ ਚਲੋ ਜੀ ਅੱਜ ਪਹਿਲਾ ਗਾਣਾ ਕੱਢਿਆ ਚੋ ਸਟਾਰ ਬਣ ਗਏ। ਆਈ ਲਵ ਟੂ ਵਰਕ ਵਿਦ ਬਿੰਨੂ ਦਿਲਨ ਸਰ, ਐਮੀ ਵਿਰਕ ਸਰ, ਜੈਸੀ ਜੀ ਜ਼ਿਆਦਾ ਸ਼ਾਂਤ ਹੈ ਬਿਗ ਬੌਸ ਕੀ ਮੈਂ ਕੋਈ ਮੈਨੂੰ ਬਹੁਤ ਜਾਣਾ ਕਿਹਾ ਸਵੀਟ ਹੈ, ਬਹੁਤ ਸ਼ਾਂਤ ਹੈ ਤੇਰੇ ਕਰਨ ਵਾਲਾ ਸ਼ੋਅ ਨਹੀਂ ਸੀਗਾ। ਸਸ਼ੀਕਾ ਜੀ, ਪੰਜਾਬੀ ਮੀਨੀਆ ਤੁਸੀਂ ਵੇਖ ਰਹੇ ਹੋ ਤੇ ਮੈਂ ਹਾਂ ਨਿਪੁਣ ਸ਼ਰਮਾ। ਸੋ 26 ਅਪ੍ਰੈਲ ਨੂੰ ਫੁਰਤੀਲਾ ਆ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਐਂਟਰਟੇਨ ਕਰਨ। ਫਿਲਮ ਦੇ ਵਿੱਚ ਜੱਸੀ ਗਿੱਲ ਨੇ ਲੀਡ ਕਿਰਦਾਰ ਕੀਤਾ ਹੈ ਅਤੇ ਨਾਲ ਹੈ ਅਮਾਰਾ ਦਸਤੂਰ ਸੇ, ਦੋਵੇਂ ਹੁਣ ਮੇਰੇ ਨਾਲ ਹੈ ਅਤੇ ਵੈਲਕਮ ਹੈ ਤੁਹਾਡੇ ਦੋਹਾਂ ਦਾ। ਸੋ 26 ਅਪ੍ਰੈਲ ਨੂੰ ਫੁਰਤੀਲਾ ਆ ਰਿਹਾ ਭਾਈ, ਪਹਿਲਾਂ ਤਾਂ ਇਹ ਮੈਂ ਪੁੱਛਣਾ ਚਾਹੂੰਗਾ ਕਿ ਜੱਸੀ ਗਿੱਲ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ, ਜਿੰਨਾ ਵੀ ਕੰਮ ਕੀਤਾ, ਇਹ ਐਸਾ ਕਿਰਦਾਰ ਹੈ ਜਿਸ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਕੰਮ ਜਾਂ ਚੈਲੇਂਜ ਦਾ ਸਾਹਮਣਾ ਕਰਨਾ ਪਿਆ ਹੋਏਗਾ, ਹੈ ਨਾ ਜੀ? ਕਹਿ ਸਕਦੇ ਹਾਂ, ਬਟ ਜਿਵੇਂ ਕਹਿ ਲਓ ਕਿ ਆਪਣੇ ਪੰਜਾਬੀ 'ਚ ਕਹਿੰਦੇ ਨੱਚਣ ਲੱਗ ਗਈ ਫਿਰ ਘੁੰਡੀ ਕਾਹਦਾ। ਬਿਲਕੁਲ। ਸੋ ਉਹ ਥੋਟ ਪ੍ਰੋਸੈਸ 'ਤੇ ਮੈਂ ਚੱਲਿਆ ਹੋਇਆ। ਇਸ ਤੋਂ ਪਹਿਲਾਂ ਜਦੋਂ ਮੈਂ ਇੱਕ ਮਿਸਟਰ ਮਿਸਿਸ 420 ਫਿਲਮ ਕੀਤੀ ਸੀਗੀ, ਹਾਂਜੀ, ਮੈਂ ਡੈਬਿਊ ਸੀ ਜਿਹੜਾ ਤੁਹਾਡਾ ਪਹਿਲਾਂ, ਹਾਂਜੀ, ਉਸ ਤੋਂ ਬਾਅਦ ਸੈਕਿੰਡ ਪਾਰਟ 'ਚ ਮੈਂ ਕੁੜੀ ਬਣਿਆ ਕੁੜੀ ਬਣੇ ਸੀ। ਸੋ ਉਸ ਤੋਂ ਬਾਅਦ ਮੇਰਾ ਮਾਇੰਡ ਐਕਟਿੰਗ ਨੂੰ ਲੈ ਕੇ ਬੜਾ, ਇੱਕ ਤਾਂ ਉਹਨੇ ਮੈਨੂੰ ਬੜਾ ਜਿਵੇਂ ਕਹਿ ਲਓ ਉਹ ਮੇਰੇ ਲਈ ਹੋਰ ਬਹੁਤ ਜ਼ਿਆਦਾ ਚੈਲੇਂਜਿੰਗ ਸੀਗਾ ਕਿ ਕੁੜੀ ਬਣਨਾ ਬਿਲਕੁਲ ਹੀ ਆਪਣੇ ਕੰਫਰਟ ਜ਼ੋਨ ਤੋਂ ਬਾਹਰ। ਅਤੇ ਉਹਨੇ ਮੈਨੂੰ ਉਸ ਟਾਈਮ ਬੜਾ ਮਾਇੰਡ ਤੋਂ ਪ੍ਰਪੇਅਰ ਕਰਵਾਇਆ ਔਰ ਮੈਂ ਐਕਟਿੰਗ ਨੂੰ ਹੋਰ ਸੀਰੀਅਸਲੀ ਦੇਖਣਾ ਸ਼ੁਰੂ ਕੀਤਾ। ਮੈਨੂੰ ਲੱਗਿਆ ਕਿ ਯਾਰ ਅਗਰ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਅੱਧੇ ਮਨ ਨਾਲ ਕੋਈ ਕੰਮ ਨਹੀਂ ਕਰ ਸਕਦੇ ਹੈਗੇ, ਸੋ ਅਗਰ ਮੈਂ ਕਰ ਰਿਹਾ ਤਾਂ ਮੈਨੂੰ ਕਰਨਾ ਚਾਹੀਦਾ। ਚਲੋ ਬਾਬੇ ਜੀ ਮੇਰ ਨਾਲ, ਉਸ ਤੋਂ ਬਾਅਦ ਬਾਲੀਵੁੱਡ ਵੀ ਕੰਮ ਕੀਤਾ, ਕੀਤੀ ਬਿਲਕੁਲ, ਹੋਰ ਫਿਲਮਾਂ ਕੀਤੀਆਂ ਅਤੇ ਆ ਵੀ ਰਹੀਆਂ ਨੇ ਅੱਗੇ, ਕਿਉਂਕਿ ਇਹ ਸਾਰਾ ਮੈਂ ਤਾਂ ਦੱਸ ਰਿਹਾ ਕਿ ਜਦੋਂ ਤੁਸੀਂ ਇੰਨਾ ਕੰਮ ਕਰ ਲੈਂਦੇ ਹੋ ਫਿਰ ਜਦੋਂ ਤੁਹਾਨੂੰ ਕੁਛ ਡਿਫਰੈਂਟ ਕਰਨ ਨੂੰ ਮਿਲਦਾ ਤਾਂ ਤੁਸੀਂ ਐਕਸਾਈਟਡ ਹੁੰਦੇ ਹੋ ਬਹੁਤ ਜ਼ਿਆਦਾ। ਸੋ ਮੈਂ ਇੰਨਾ ਜਦੋਂ ਅਮਰ ਹੁੰਦਲ ਵੀਰ ਨੂੰ ਮਿਲੇ ਸੀਗੇ ਤਾਂ ਮੇਰੀ ਗੱਲ ਹੀ ਇਹ ਹੋਈ ਸੀ ਕਿ ਵੀਰੇ ਉਹਨੇ ਵਾਰਨਿੰਗ ਦੀ ਫਿਲਮ ਲਈ ਸਾਡੀ ਗੱਲ ਚੱਲਦੀ ਸੀ, ਮੈਂ ਕਿਹਾ ਵੀਰੇ ਬੜੀ ਸੋਹਣੀ ਫਿਲਮ ਬਣਾਈ ਆ, ਅਤੇ ਉਹ ਕਹਿੰਦੇ ਯਾਰ ਮੈਂ ਫਿਲਮਾਂ ਮੇਰੇ ਕੋਲ ਬਹੁਤ ਹੁੰਦੀਆਂ ਨੇ, ਮੈਨੂੰ ਇੱਕ ਰੋਮਾਂਟਿਕ ਫਿਲਮ ਵੀ ਬਣਾਉਣੀ ਆ, ਮੈਂ ਲੋਕਾਂ ਨੂੰ ਲੱਗਦਾ ਸ਼ਾਇਦ ਮੈਂ ਐਕਸ਼ਨ ਹੀ ਬਣਾ ਸਕਦਾ। ਸੋ ਜਦੋਂ ਗੱਲ ਹੋਈ ਮੈਂ ਕਿਹਾ ਕੁਛ ਡਿਫਰੈਂਟ ਹੋਇਆ ਵੀਰੇ ਮੈਨੂੰ ਜ਼ਰੂਰ ਦੱਸਿਓ, ਤਾਂ ਉਹਨਾਂ ਨੇ ਜਦੋਂ ਮੈਨੂੰ ਸੁਣਾਈ ਸੀਗੀ ਫਿਲਮ ਤਾਂ ਇਹਦੇ ਕਰੈਕਟਰ 'ਤੇ ਗੱਲ ਹੋਈ ਸੀਗੀ ਤਾਂ ਮੈਂ ਉਦੋਂ ਦੀ ਬਹੁਤ ਐਕਸਾਈਟਡ ਸੀ, ਮੈਨੂੰ ਐਂ ਸੀ ਵੀ ਇਹ 'ਚ ਕੁਛ ਡਿਫਰੈਂਟ ਕਰਨ ਨੂੰ ਮਿਲ ਰਿਹਾ ਨਹੀਂ। ਮੋਸਟਲੀ ਜਦੋਂ ਪੰਜਾਬੀ ਫਿਲਮਾਂ ਤੁਹਾਡੇ ਕੋਲ ਆਉਂਦੀਆਂ ਨੇ ਤਾਂ ਇੱਦਾਂ ਹੀ ਆਉਂਦੀਆਂ ਨੇ ਕਿ ਉਹਦੇ ਵਿੱਚ ਹੀ ਭਾਅ ਜੀ ਤੁਸੀਂ ਕਾਰ 'ਚ ਜਾਓਗੇ, ਤੁਹਾਡੇ ਚਾਚੇ ਹੋਣਗੇ, ਮਾਮੇ ਹੋਣਗੇ, ਜੋ ਨੋਰਮਲ ਵਿਆਹ ਕਰਾਓਗੇ, ਭਾਈ ਵਿਆਹ ਕਰਾਓਗੇ, ਫਿਰ ਤੁਸੀਂ ਅੱਜ ਕੱਲ੍ਹ ਉਹ ਬਹੁਤ ਚੱਲਿਆ ਸੀ ਕਿ ਤੁਸੀਂ ਲੰਡਨ ਚਲੇ ਗਏ, ਕਲੇਸ਼ ਹੋਏਗਾ, ਹਾਂਜੀ।
ਤੋਂ ਮੈਂ ਮਤਲਬ ਵਿੱਚ ਜਾ ਕੇ ਤਾਂ ਮੇਰੇ ਇੱਦਾਂ ਹੋ ਗਿਆ ਸੀ ਮੈਨੂੰ ਕੋਈ ਫਿਲਮ ਸੁਣਾਉਣਾ ਹੁੰਦਾ ਪੰਜਾਬੀ, ਮੈਂ ਸੋਚਦਾ ਵੀ ਯਾਰ ਇੰਗਲੈਂਡ ਜਾ ਕੇ ਤਾਂ ਨਹੀਂ ਸ਼ੂਟ ਕਰਨੇ, ਮੇਰਾ ਪਹਿਲਾਂ ਹੀ ਹੁੰਦਾ ਸੀ ਜੇ ਇੰਗਲੈਂਡ ਜਾ ਕੇ ਸ਼ੂਟ ਕਰਨੇ ਆ ਸੋਰੀ ਫਿਰ ਨਹੀਂ ਆਪਾਂ ਕਰਦੇ, ਕਿਉਂਕਿ ਉਹ ਬਹੁਤ ਜ਼ਿਆਦਾ ਕਈ ਫਿਲਮਾਂ ਖਰਾਬ ਹੋਈਆਂ ਨੇ ਇਸ ਚੱਕਰ ਸਬਸਿਡੀ ਦੇ ਚੱਕਰ ਦੇ ਵਿੱਚ, ਕਿ ਫਿਲਮ ਤੁਸੀਂ ਹੁੰਦੀ ਪੰਜਾਬ ਦੀ ਉਹਨੂੰ ਤੁਸੀਂ ਉੱਥੇ ਲੈ ਜਾਂਦੇ ਹੋ ਤਾਂ ਕਨੈਕਸ਼ਨ ਹੀ ਟੁੱਟ ਜਾਂਦਾ ਲੋਕਾਂ ਦਾ, ਲੋਕ ਸਟੋਰੀ ਨਾਲ ਜੁੜ ਹੀ ਨਹੀਂ ਪਾਉਂਦੇ। ਬਟ ਇਹ ਫਿਲਮ ਦੀ ਸਭ ਤੋਂ ਖਾਸ ਗੱਲ ਅਤੇ ਤੁਸੀਂ ਚੈਲੇਂਜਿੰਗ ਪੁੱਛਿਆ ਤਾਂ ਮੈਨੂੰ ਖਾਸ ਕਰਕੇ ਇਹ ਸੀਗਾ ਕਿ ਤਾਂ ਮੈਂ ਦੋ ਅਸੀਂ 30 ਦਿਨ ਸ਼ੂਟ ਕੀਤਾ, ਸੋ ਆਲਮੋਸਟ ਮੈਨੂੰ ਲੱਗਦਾ 40 ਦਿਨ ਮੈਨੂੰ ਇਸੇ ਹੇਅਰ ਸਟਾਈਲ ਦੇ ਵਿੱਚ ਰਹਿਣਾ ਪਿਆ ਜਿਹੜਾ ਕਿ ਮੈਨੂੰ ਐਂ ਹੁੰਦਾ ਸੀ ਨੋਰਮਲ ਲਾਈਫ ਦੇ ਵਿੱਚ, ਮੈਂ ਸ਼ੋਅਜ਼ 'ਤੇ ਵੀ ਇੱਦਾਂ ਹੀ ਜਾਂਦਾ ਰਿਹਾ, ਕਦੇ ਕੈਪ ਲੈ ਕੇ ਕਦੇ ਇਹਨੂੰ ਮਾੜਾ ਮੋਟਾ ਠੀਕ ਕਰਕੇ, ਸੋ ਇਹ ਸੀਗਾ। ਅਤੇ ਬਾਕੀ ਅਮਰ ਹੁੰਦਲ ਬਾਈ ਨੇ ਬਹੁਤ ਸਪੋਰਟ ਕੀਤੀ ਇਹਦੇ ਵਿੱਚ, ਸੋ ਕਿਉਂਕਿ ਅਸੀਂ ਜਦੋਂ ਪਹਿਲਾਂ ਹੀ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਮੀਟਿੰਗਸ ਕੀਤੀਆਂ ਸੀਗੀਆਂ ਫਿਲਮ ਦੇ ਸਕ੍ਰਿਪਟ 'ਤੇ ਬੈਠੇ ਸੀਗੇ ਤਾਂ ਗੱਲਾਂ ਪਤਾ ਚੱਲਦੀਆਂ ਸੀਗੀਆਂ, ਤਾਂ ਅਸੀਂ ਸੇਮ ਪੇਜ 'ਤੇ ਸੀਗੇ, ਸੋ ਅਗਰ ਕੁਛ ਵੀ ਥੋੜ੍ਹਾ ਬਹੁਤ ਐਂ ਲੱਗਦਾ ਸੀਗਾ ਕਿ ਆਹ ਓਵਰ ਹੋ ਰਿਹਾ ਜਾਂ ਆਹ ਉਹ ਨਹੀਂ ਹੋ ਰਿਹਾ ਤਾਂ ਅਮਰ ਵੀਰਾ ਮੈਨੂੰ ਕਰੈਕਟ ਕਰ ਦਿੰਦਾ ਸੀ, ਆ ਕੇ ਦੱਸਦਾ ਸੀ ਵੀ ਆਪਾਂ ਇੱਦਾਂ ਦਾ ਕਰ ਸਕਦੇ ਹਾਂ। ਬਟ ਮੈਨੂੰ ਬੜਾ ਮਜ਼ਾ ਆਇਆ, ਅਤੇ ਫਿਰ ਉਹੀ ਗੱਲ ਜਦੋਂ ਤੁਸੀਂ ਅਜਿਹਾ ਕੰਮ ਕਰਦੇ ਹੋ ਤਾਂ ਜਦੋਂ ਅਜਿਹਾ ਕੰਮ ਐਪਰੀਸ਼ੀਏਟ ਹੁੰਦਾ ਤਾਂ ਤੁਹਾਨੂੰ ਇੱਕ ਅਲੱਗ ਹੀ ਕੋਨਫੀਡੈਂਸ ਮਿਲਦਾ ਅੱਗੇ ਆਉਣ ਵਾਲੇ ਕੰਮ ਦੇ ਲਈ ਕਰਨ ਦੇ ਲਈ, ਨਹੀਂ ਕਈ ਚੀਜ਼ਾਂ ਵਿੱਚ ਤੁਸੀਂ ਡਰ ਜਾਂਦੇ ਹੋ ਕਿ ਯਾਰ ਨਹੀਂ ਆ ਤਾਂ ਯਾਰ ਰਹਿਣ ਦਿੰਦੇ ਆ ਕਰਨ, ਪਰ ਮੈਨੂੰ ਲੱਗਦਾ ਮੇਰੀ ਲਾਈਫ 'ਚ ਸਟਾਰਟਿੰਗ ਦੇ ਵਿੱਚ ਉਹ ਕੁੜੀ ਬਣਨ ਵਾਲਾ ਜਿਹੜਾ ਰੋਲ ਕੀਤਾ ਉਹਨੇ ਮੈਨੂੰ ਮੈਂਟਲੀ ਅਤੇ ਮੇਰਾ ਕੋਨਫੀਡੈਂਸ ਬਹੁਤ ਬੂਸਟ ਕੀਤਾ ਕੰਮ ਦੇ ਲਈ, ਕਿਉਂਕਿ ਸ਼ੁਰੂਆਤ 'ਚ ਜਦੋਂ ਤੁਸੀਂ ਐਡਾ ਵੱਡਾ ਚੈਲੰਜ ਕਰ ਲਓ ਫਿਰ ਤੁਹਾਨੂੰ ਜਿਹੜਾ ਸੌਖਾ ਹੋ ਜਾਂਦਾ ਅੱਗੇ, ਔਰ ਕਿਉਂਕਿ ਇਸ ਫਿਲਮ ਦੇ ਵਿੱਚ ਜਦੋਂ ਆਪਾਂ ਪੋਸਟਰ ਵੇਖਦੇ ਹਾਂ ਐਕਸਪ੍ਰੈਸ਼ਨ ਵੀ ਡਿਫਰੈਂਟ ਨੇ, ਕਿਉਂਕਿ ਇੱਕ ਸਿੱਧਰਾ ਜਿਹਾ ਬੰਦਾ ਦਿਖਾਉਣਾ ਸੀ ਹਨਾ, ਬਾਲਾਂ 'ਤੇ ਵੀ ਵਰਕ ਕੀਤਾ, ਹਾਲਾਂਕਿ ਮੈਂ ਵੀ ਉਹ ਜਿਹਾ ਵਰਕ ਕਰਕੇ ਆਇਆ ਫੁਰਤੀਲਾ ਟੂ ਲੱਗਾ ਥੋੜ੍ਹਾ ਹਨਾ, ਸੋ ਕਿਉਂਕਿ ਇਸ ਦੇ ਵਿੱਚ ਥੋੜ੍ਹਾ ਜਿਹਾ ਤੁਸੀਂ ਲੁੱਕ ਵੀ ਜਦੋਂ ਦੀ ਲੁੱਕ ਦੀ ਗੱਲ ਕੀਤੀ ਇੱਕ ਦੋ ਮਹੀਨੇ ਤੱਕ ਤੁਸੀਂ ਵੈਸਾ ਰਹੇ ਹੋ ਹਨਾ, ਇੱਕ ਚੈਲੇਂਜਿੰਗ ਟਾਸਕ ਹੀ ਹੋ ਜਾਂਦਾ ਕਿ ਯਾਰ ਮੈਂ ਆਪਣੀ ਕੰਫਰਟ ਜ਼ੋਨ ਤੋਂ ਬਾਹਰ ਹਾਂ, ਸੋ ਐਕਸਪ੍ਰੈਸ਼ਨ 'ਤੇ ਜ਼ਿਆਦਾ ਕੰਮ ਕਰਨਾ ਪਿਆ ਮੈਨੂੰ ਲੱਗਦਾ, ਐਟੀਟਿਊਡ 'ਤੇ ਜ਼ਿਆਦਾ ਕੰਮ ਕਰਨਾ, ਐਕਸਪ੍ਰੈਸ਼ਨਸ ਐਂਡ ਬੋਡੀ ਲੈਂਗੁਏਜ 'ਤੇ, ਬੋਡੀ ਲੈਂਗੁਏਜ ਦਾ ਖਾਸ ਧਿਆਨ ਰੱਖਣਾ ਸੀਗਾ ਇਸ ਦੇ ਵਿੱਚ, ਉਹ ਚੱਲਦਾ ਕਿਵੇਂ ਆ, ਮੈਂ ਨੋਰਮਲ ਜਿਵੇਂ ਮੈਂ ਚੱਲਦਾ ਉਵੇਂ ਦਾ ਨਹੀਂ ਰੱਖਣਾ ਚਾਹੁੰਦੇ ਸੀਗੇ ਕਿਉਂਕਿ ਡਿਸਾਈਡਿਡ ਹੀ ਸੀਗੇ ਆਲਰੇਡੀ, ਅਤੇ ਉਹਦੇ ਗੱਲ ਕਰਨ ਦਾ ਤਰੀਕਾ ਅਤੇ ਉਹ ਜਿਵੇਂ ਗੱਲ ਕਰਦਾ ਮਤਲਬ ਹਰ ਇੱਕ ਚੀਜ਼, ਫਿਰ ਉਹ ਜਿਵੇਂ ਤੁਹਾਨੂੰ ਦੱਸਿਆ ਗਿਆ ਤੁਸੀਂ ਪਹਿਲਾਂ ਫਿਲਮ ਦੇ ਡਿਸਕਸ਼ਨ 'ਤੇ ਬਹਿੰਦੇ ਹੋ ਤਾਂ ਤੁਸੀਂ ਫਿਲਮ 'ਚ ਬਹੁਤ ਇੰਟੂ ਹੋ ਜਾਂਦੇ ਹੋ, ਕਿਉਂਕਿ ਨਹੀਂ ਤਾਂ ਕਈ ਵਾਰ ਕੀ ਹੁੰਦਾ ਕਿ ਤੁਸੀਂ ਕੋਈ ਫਿਲਮ ਸ਼ੂਟ ਕਰਦੇ ਹੋ, ਤੁਹਾਨੂੰ ਫਿਲਮ ਸੁਣਾਈ ਗਈ, ਤੁਸੀਂ ਕਹਿੰਦੇ ਕੋਈ ਗੱਲ ਨਹੀਂ ਆ ਜਾਓ ਆਪਾਂ ਉੱਥੇ ਕਰ ਲਾਂਗੇ, ਕੋਈ ਗੱਲ ਨਹੀਂ ਡਾਇਲੋਗ ਤੁਹਾਨੂੰ ਟਾਈਮ 'ਤੇ ਇੱਦਾਂ ਦੇ ਦਾਂਗੇ, ਸੋ ਮਤਲਬ ਸਾਡੀ ਫੁੱਲੀ ਪੈਕਡ ਸਕ੍ਰਿਪਟ ਸੀਗੀ, ਲੋਕ ਸੀਗੀ, ਅਤੇ ਅਸੀਂ ਸਕ੍ਰਿਪਟ ਦੀ ਰੀਡਿੰਗ ਕੀਤੀ ਅਤੇ ਉਹ ਉਦੋਂ ਹੀ ਇਹ ਡਿਸਾਈਡ ਹੋ ਗਿਆ ਸੀਗਾ ਕਿ ਅੱਛਾ ਇਹਦੀ ਇਹ ਅਸੀਂ ਸੀਨ ਇੱਦਾਂ ਸ਼ੂਟ ਕਰਨਾ, ਇਹਦੇ ਵਿੱਚ ਥੋੜ੍ਹਾ ਇੱਦਾਂ ਹੋਊਗਾ, ਜਿਹੜਾ ਤੁਰਨਾ ਇੱਦਾਂ ਹੋਊਗਾ, ਸੋ ਇਹ ਸਾਰਾ ਵਰਕ ਹੋਊਗਾ, ਚਾਹੇ ਕੱਪੜਿਆਂ ਦਾ ਹੋ ਜਾਵੇ, ਪੈਂਟ ਉਹਦੇ ਉੱਪਰ ਹਾਈਵੇਸ ਬੰਨਣੀ ਆ, ਗੋਲਡ ਟੀ ਸ਼ਰਟ, ਸੋ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਤੁਹਾਡਾ ਅਗਰ ਤੁਸੀਂ ਕੋਈ ਕਰੈਕਟਰ ਕਰਦੇ ਹੋ ਉਹਦਾ 50-60% ਕੰਮ ਤੁਹਾਡੀ ਲੁੱਕ ਕਰ ਦਿੰਦੀ ਹੈ, ਅਗਰ ਤੁਸੀਂ ਲੁੱਕ ਕੈਰੀ ਕਰ ਲੈਂਦੇ ਹੋ ਜਾਂ ਲੁੱਕ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਕਰ ਲੈਂਦੇ ਹੋ ਤਾਂ ਉਹ ਸਕਰੀਨ 'ਤੇ ਵੀ ਫਿਰ ਤੁਹਾਨੂੰ ਉੱਦਾਂ ਦਿਖਦਾ, ਬਾਕੀ ਤੁਸੀਂ ਐਕਟ ਜਿਹੜਾ ਕਰਨਾ ਹੁੰਦਾ ਉਹ ਤੁਹਾਡੇ ਆਪਣੇ ਉੱਪਰ ਰੱਖ ਕੇ ਕਿਵੇਂ ਦਾ ਕਰ ਸਕਦੇ ਹੋ, ਬਟ ਤੁਹਾਡੀ 60% ਵਾਲਾ ਲੁੱਕ ਕੰਮ ਕਰ ਦਿੰਦੀ ਹੈ, ਔਰ ਪ੍ਰੀ ਤੁਹਾਡੀ ਗੱਲ ਤੋਂ ਇਹ ਕਹਿ ਸਕਦੇ ਪ੍ਰੀ ਪ੍ਰੋਡਕਸ਼ਨ 'ਤੇ ਪੂਰਾ ਕੰਮ ਹੋਇਆ ਸੀ, ਫਿਰ ਫਿਲਮ ਪ੍ਰੋਡਕਸ਼ਨ 'ਤੇ ਗਏ, ਮੋਸਟਲੀ ਸਾਰਾ ਔਨ ਪੇਪਰ ਸੀਗਾ, ਔਨ ਪੇਪਰ ਸਾਰਾ ਕੁਝ ਡਿਸਾਈਡਿਡ ਸੀ ਕੀ ਹੋਣਾ, ਕੁਛ ਵੀ ਇੱਦਾਂ ਨਹੀਂ ਸੀਗਾ ਕਿ ਸੈੱਟ 'ਤੇ ਜਾ ਕੇ ਡਿਸਾਈਡ ਹੋ ਰਿਹਾ ਕਿ ਅੱਜ ਇੱਦਾਂ ਕਰ ਲੈਂਦੇ ਹਾਂ, ਸਾਰਾ ਕੁਛ ਔਲ ਡਿਸਾਈਡਿਡ ਸੀਗਾ ਸਾਰਾ। ਸੋ ਅਮਾਰਾ ਤੁਹਾਨੂੰ ਤੁਹਾਡੇ ਕੋਲ ਜਾਣਦੇ ਹਾਂ, ਫੁਰਤੀਲਾ ਕਿਵੇਂ ਦਾ ਲੱਗਾ ਤੁਹਾਨੂੰ, ਫੁਰਤੀਲਾ ਦੇ ਨਾਲ ਬੌਂਡਿੰਗ ਕਿਵੇਂ ਦੀ ਲੱਗੀ? ਪਹਿਲੇ ਦਿਨ ਸੇ ਲਾਈਕ ਮੈਂ ਜਬ ਮੈਂ ਜੈਸੀ ਜੀ ਕੋ ਦੇਖੀ ਥੀ, ਬਿਕਾਜ਼ ਆਈ ਡਿਡਨਟ ਨੋ ਐਕਚੁਅਲੀ ਕਟੋਰੀ ਕੱਟ ਇਹ ਸਭ ਕਰਕੇ ਆਨੇ ਵਾਲੇ ਕਟੋਰੀ ਕੱਟ, ਮਤਲਬ ਕਹਿੰਦੇ ਕਟੋਰੀ ਕੱਟ ਤੋ ਆਈ ਰਿਮੈਂਬਰ ਮੈਂ ਉਨਕੋ ਦੇਖੀ ਥੀ ਐਂਡ ਆਈ ਮੈਂ ਹੱਸਨੇ ਲੱਗੀ ਲਾਈਕ ਓ ਵਾਹ ਓਕੇ, ਲੇਕਿਨ ਇਹ ਕੈਰੇਕਟਰ ਕੇ ਲਈ ਮੈਂ ਕਿਸੀ ਔਰ ਕੋ ਇਮੈਜਿਨ ਵੀ ਨਹੀਂ ਕਰ ਸਕਤੀ, ਜਬ ਮੈਂ ਜੈਸੀ ਜੀ ਕੋ ਦੇਖੀ ਥੀ ਹਮ ਸ਼ੂਟ ਕਰ ਰਹੇ ਥੇ ਵੋ ਕੈਰੇਕਟਰ ਮੇਂ ਇਤਨਾ ਘੁਸ ਗਿਆ, ਇਟ ਵਾਜ਼ ਸੋ ਮਚ ਫਨ ਯੂ ਨੋ, ਕਿਉਂਕਿ ਫਿਰ
एक्टिंग रिएक्शन ही होता है. तो जब आपके को-स्टार इतने अच्छे से एक्ट कर रहे हो तो आपका रिएक्शन अच्छे से आएगा. तो ऑनेस्टली सेट का माहौल इतना अच्छा था, सब लोग हंस रहे थे, बहुत मजा आया शूट करने में. तीसरी पंजाबी फिल्म है आपकी, पर ये एक्चुअली मेरी पहली पंजाबी फिल्म थी. शूट पहले ये करी? यस, इन 2022 हमने ये फिल्म. तो फिर सवाल ये बनता है कि इतना लेट में, इतना लेट क्यों, मतलब 2024 में रिलीज कर रहे हैं आप? एक दो रीजन, एक तो मैं लगता है शायद थोड़ा पोस्ट प्रोडक्शन से काम करते करते अमरवीर की एक दो फिल्म होर शूट होनी वार्निंग होनी सी. हाँ जी, तो वो करके थोड़ा लेट हो गए. तो बिचे भी सी कोई सही टाइम देखते थे, कोई सही टाइम मिल जाए. हाँ. सर्दियों का रिलीज़ नहीं करना चाहते थे. सो एक दो रीजन से, बाकी प्रोड्यूसर ज़्यादा बैटर जानते हैं. तो बट असी तो अपने वालों जितने शूट करते उतने ही आए हो, क्योंकि मैं तो अपने फोन के सारे गाने भी एडिट करके रखे हुए थे. मैं तो हाँ, मैनू फुटेज भेज दिता, मैं आप भी एडिट करता रहता. अच्छा. सो मैनू, हाँ जी, मतलब मैं जितने का मैं किया, मैं बड़ा एक्साइटेड से कदों स्क्रीन पर आए, क्योंकि जो कोई डिफरेंट काम करते हो तो थोड़ा होंगे कि लोगों तक पहुँचे हो, जल्दी पहुँचे. जिमें कह लो कि कुछ गाँव वधिया बना लिया, तुम आप ही सुनी जाने थोड़ा होंगे. जिमें मैं लैंसर जो बनाया, मैंने याद है कि मैं आप ही सुनी जाना, आप ही सोची जाना कि यार ये गाना रिलीज़ हो जाए ना जे. हाँ. क्योंकि टी सीरीज दिता हुआ सी, उन्होंने अपने हिसाब से रिलीज़ करना. सो उवें फिल्म सी कि मैं इदा सी कि यार शूट तो हुई है, हम जल्दी रिलीज़ हो जाए, पहुँच जाए लोगों तक. So, finally, कल ट्रेलर रिलीज़ किया था ये जस्सी गिल की किस्मत है कि थोड़ा इंतजार करना पैदा है. Absolutely. तो वधिया भी होता रिजल्ट. जैसे मैं लैंसर का सी ना, फुरतीला का इन्ना इंतजार जो थानू करना पाया, फोन से जिदा किया कि वो सेम प्रोसैस फॉलो किया लैंसर वाला, कि मैं देखता रहना हूँ. मैं मेरा मोस्टली जिन्हों मैं बहुत चंगा भी मानता. सो मैनू असी जो घर बैठे होंने तो मतलब गल करते थे, कहें भी जिमें कहें भी जोड़ा आए जाता ना आए आता. वैसे अपने पंजाबी बहुत कहें कि जोड़ा ठा देने हिट होता, ठा देने वो होता ना. मतलब मैं ता गल करना चाहना कि मैनू कोई भी चीज़ इदा नहीं मिली, ओवर द नाइट नहीं मिली. अगर मैं अपने सिंगिंग की भी गल करा, चाहे मैं कोई भी गल करा, मैं कोई आए नहीं मिली कि जी चलो जी अज पहला गाना कढ़िया, चलो स्टार बन गए. मतलब हर चीज़ के लिए स्ट्रगल, या स्ट्रगल तो नहीं कह सकते, एफर्ट जरूर करने पे ने. मतलब जिम्मे कह लो कि अगर लैंसर तो पहला भी मेरे दो एक एल्बम आ चुकी थी, दो गाने एक सिंगल आ चुका. सो मतलब ये नहीं है कि भी पहले ही गाना आया एंड हिट हो गया. सो ये चीज़ मैं लगता कि बड़ी मैं चंगी समझदा, क्योंकि जो थोड़ा एकोदम कुछ मिल जाता ना, थोड़ा लगता कि यार ये तो होना ही सगा, गुड तो हो गया, वधिया, मैं इन्ना का डिजर्व करता सगा. इस तरीके का माइंड चलन लग जाता. बट जब थोनों कोई चीज़ा एक दो फ्लॉप होने तो बाद, ਜਾਂ ਥੋੜ੍ਹੇ ਠੋਕਰ ਲੱਗਣ ਤੋਂ ਬਾਅਦ ਕੋਈ ਚੀਜ਼ ਮਿਲਦੀ ਹੈ, ਤੁਹਾਨੂੰ ਦੀ ਵੈਲਿਊ ਹੁੰਦੀ ਹੈ. ਫਿਰ ਤੁਸੀਂ ਅਗਲੇ ਕੰਮ ਲਈ ਉਹਦੇ ਲਈ ਮਿਹਨਤ ਕਰਦੇ ਹੋ, ਤਾਂ ਉਹਦੇ ਵਿੱਚ ਤੁਹਾਡੇ ਮਾਇੰਡ 'ਚ ਚੱਲਦਾ ਰਹਿੰਦਾ ਕਿ ਬਈ ਯਾਰ ਨਹੀਂ ਇਹ ਐਂ ਨਹੀਂ ਹੈਗਾ ਕਿ ਤੁਹਾਨੂੰ ਐਂ ਮਿਲ ਜੂਗਾ, ਤੁਹਾਨੂੰ ਮਿਹਨਤ ਕਰਨੀ ਪੈਣੀ ਹੈ. ਕਿਆ ਬਾਤ ਹੈ. ਸੋ ਇਹੀ ਹੈ ਕਿ ਵੈਲਿਊ ਬੰਦੇ ਨੂੰ ਹੋਣੀ ਚਾਹੀਦੀ ਹੈ, ਤਦੀ ਉਹ ਜ਼ਰੂਰੀ ਹੈ. ਅਮਰ, ਤੁਸੀਂ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ, ਮਤਲਬ ਉੱਦਾਂ ਕਹਿ ਲਓ ਵੀ ਸ਼ੂਟਿੰਗ ਪਹਿਲੀ ਫਿਲਮ ਹੈ, ਰਿਲੀਜ਼ ਹੋਣ ਵਾਲੀ ਤੀਸਰੀ ਫਿਲਮ ਆ, ਹੈ ਨਾ. ਜੇ ਇੱਕ ਸਲੀਮ ਮਹਿਤਾ ਨੇ ਕਿਹਾ ਸੀ, ਕਹਿੰਦੇ ਮੈਂ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਮੇਰਾ ਆਇਆ ਸੀ ਕਿ ਮੈਂ ਤਿੰਨ ਬੰਦਿਆਂ ਨਾਲ ਕੰਮ ਕਰਨਾ ਸਟਾਰਟਿੰਗ ਦੇ ਵਿੱਚ. ਉਹਨਾਂ ਨੇ ਅਮਰਿੰਦਰ ਗਿੱਲ, ਦਿਲਜੀਤ ਔਰ ਗਿੱਪੀ ਦਾ ਉਦੋਂ ਨਾਮ ਲਿਆ ਸੀ ਕਿ ਮੈਂ ਇਹਨਾਂ ਨਾਲ ਫਿਲਮ ਕਰਨੀ ਹੈ. ਸੋ ਹੁਣ ਤੁਹਾਡੀ ਇਹ ਫਿਲਮ ਆ, ਤੁਸੀਂ ਜੱਸੀ ਗਿੱਲ ਨਾਲ ਕੰਮ ਕਰ ਰਹੇ ਹੋ, ਬਕਟ ਲਿਸਟ ਟਿਕ ਮਾਰਕ ਹੋ ਗਈ ਹੈ? ਆਫ ਕੋਰਸ, ਮੇਰੀ ਪਹਿਲੀ ਫਿਲਮ ਸੀ, ਜਿਸੇ ਮੈਂ ਬੋਲਾ ਕਿ ਯਹਾਂ ਆ ਕੇ ਇਹ ਮੇਰੇ ਪਹਿਲੇ ਕੋ-ਸਟਾਰ ਥਾ, ਤੋ मेरा वो चेक बॉक्स हो गया. तो पंजाबी इंडस्ट्री में और कौन से आपके वो बकेट लिस्ट में एक्टर्स हैं या किनके साथ? आई लव टू वर्क विद बिन्नू धिल्लों सर, एमी विर्क सर, क्योंकि अभी मैं बहुत ज़्यादा पंजाबी फिल्म्स भी देखने लगी हूँ. सो नाउ वो अंडरस्टैंडिंग भी थोड़ा सा बढ़ गया. सो या आई जस्ट वांट टू मेक गुड फिल्म्स और अच्छे डायरेक्टर्स के साथ काम करना चाहती हूँ. ਭਾਈ ਤੁਹਾਨੂੰ ਪੁੱਛਣਾ ਚਾਹੂੰਗੀ, ਇਹਨਾਂ ਦੀ ਜਿੱਦਾਂ ਸ਼ੂਟਿੰਗ ਤਾਂ ਪਹਿਲੀ ਫਿਲਮ ਸੀ, ਔਰ ਨਵਾਂ ਨਵਾਂ ਇਹਨਾਂ ਲਈ ਮਾਹੌਲ ਸੀ ਕਲਚਰ ਦਾ, ਆਪਣੇ ਆਪ ਨੂੰ ਪੂਰਾ ਇਹਨਾਂ ਨੇ ਉਹ ਢਾਲ ਲਿਆ ਸੀ ਖੁਦ ਦੇ ਵਿੱਚ? ਹਾਂਜੀ, ਮੈਂ ਕਿਉਂਕਿ
ਜਿਹਨਾਂ ਜੋ ਬੰਦਾ ਬੰਬੇ ਇੰਡਸਟਰੀ 'ਚ ਕੰਮ ਕਰ ਲੈਂਦਾ ਨਾ ਉਹ ਕੰਮ ਨੂੰ ਬਹੁਤ ਹੀ ਜਿਵੇਂ ਤੁਸੀਂ ਕਹਿ ਲਓ ਕਿ ਸੀਰੀਅਸ ਐਂਡ ਉਹਨੂੰ ਪਤਾ ਹੁੰਦਾ ਕਿ ਅਗਰ ਮੈਨੂੰ ਬੰਬੇ ਤੋਂ ਕਿਸੇ ਨੇ ਇੱਥੇ ਕੰਮ ਕਰਨ ਲਈ ਬੁਲਾਇਆ ਤਾਂ ਮੈਂ ਟਾਈਮ ਪਾਸ ਕਰਨ ਲਈ ਤਾਂ ਆ ਨਹੀਂ ਸਕਦਾ ਇੱਥੇ, ਸੋ ਮੈਨੂੰ ਕੰਮ ਕਰਨ ਲਈ ਬੁਲਾਇਆ, ਕੁਛ ਦੇਖ ਕੇ ਬੁਲਾਇਆ ਹੋਊਗਾ। ਸੋ ਮੈਂ ਤਾਂ ਗੱਲ ਕਰਨਾ ਚਾਹੁੰਦਾ ਵੀ ਪਹਿਲਾਂ ਆਲਮੋਸਟ ਆਲਰੇਡੀ ਸੋਰੀ ਉੱਥੇ ਕੰਮ ਕੀਤਾ ਹੋਇਆ ਸੀਗਾ, ਬੰਬੇ ਫਿਲਮਾਂ ਕੀਤੀਆਂ ਹੋਈਆਂ ਸੀਗੀਆਂ, ਸੋ ਸਾਊਥ ਦੀਆਂ ਫਿਲਮਾਂ ਕੀਤੀਆਂ ਹੋਈਆਂ ਸੀਗੀਆਂ। ਸੋ ਇਹ ਬੜਾ ਪ੍ਰੋਫੈਸ਼ਨਲੀ ਇਹਨਾਂ ਨੇ ਆਇਆ, ਆਪਣੇ ਡਾਇਲੋਗ ਪਹਿਲਾਂ ਜਾਂਦੇ ਸੀ ਯਾਦ, ਅਤੇ ਸੈੱਟ 'ਤੇ ਸਾਰੇ ਡਾਇਲੋਗ ਕਿਉਂਕਿ ਪੰਜਾਬੀ 'ਚ ਹੁੰਦੇ ਸੀਗੇ, ਸੋ ਇਹ ਪ੍ਰੋਪਰ ਇਹਨਾਂ ਕੋਲ ਲਿਖ ਕੇ ਭੇਜੇ ਜਾਂਦੇ ਸੀ, ਅਤੇ ਮੈਂ ਤਾਂ ਕਿਸੇ ਸ਼ੋਟ ਦੇ ਵਿੱਚ ਦੇਖਿਆ ਨਹੀਂ ਕਿ ਡਾਇਲੋਗ ਭੁੱਲ ਗਈ ਜਾਂ ਇਹਨੂੰ ਡਾਇਲੋਗ ਯਾਦ ਨਹੀਂ ਜਾਂ ਇਹ ਨਰਵਸ ਆ ਕਿ ਮੈਨੂੰ ਹੁਣ ਮੈਨੂੰ ਡਾਇਲੋਗ ਬੋਲਣਾ ਪੈਣਾ, ਕੁਛ ਵੀ ਨਹੀਂ, ਪੂਰੀ ਤਿਆਰੀ ਕਰਕੇ ਆਇਆ ਜੀ। ਸਟੱਡੀਜ਼ ਮੇ ਵੀ ਬਹੁਤ ਅੱਛੀ ਥੀ। ਕਿਆ ਬਾਤ ਹੈ। ਸੋ ਤੁਸੀਂ ਬਾਲੀਵੁੱਡ ਦੀ ਗੱਲ ਕੀਤੀ, ਹੁਣ ਤੁਸੀਂ ਸਲਮਾਨ ਸੋਨਾ ਵੀ ਫਿਲਮ ਕਰ ਲਈ ਹੈ, ਕਿਉਂਕਿ ਬੱਬਲ ਰਾਏ ਨੇ ਇੱਕ ਰਿਵੀਲ ਕੀਤਾ ਸੀ ਤੁਹਾਡੇ ਬਾਰੇ ਟ੍ਰਿਵਿਆ ਕਿ ਜੱਸੀ ਗਿੱਲ ਕਿਸੇ ਟਾਈਮ ਬਿਗ ਬੋਸ ਵਿੱਚ ਜਾ ਰਿਹਾ ਸੀ, ਮਤਲਬ ਇੱਕ ਤੁਹਾਨੂੰ ਆਫਰ ਆਈ ਸੀ ਜਾਂ ਕੁਛ ਬਣਦੀ ਬਣਦੀ ਗੱਲ ਰਹਿ ਗਈ ਸੀ, ਆਲਮੋਸਟ ਫਾਈਨਲ ਹੋ ਗਿਆ, ਫਾਈਨਲ ਹੋ ਗਿਆ ਸੀ। ਹਾਂਜੀ, ਆਲਮੋਸਟ ਫਾਈਨਲ ਹੋ ਗਿਆ ਸੀਗਾ, ਆਈ ਥਿੰਕ ਇਹ 2014-15 ਦੀ ਗੱਲ ਆ ਕਿ ਆਲਮੋਸਟ ਫਾਈਨਲ ਹੋ ਗਿਆ ਸੀਗਾ, ਕਿ ਸਿਰਫ ਮੈਨੂੰ ਲੱਗਦਾ ਕਿ ਉਹ ਸਾਡੀ ਪੈਸਿਆਂ 'ਤੇ ਫਸੀ ਉਸਦੀ ਗੱਲ। ਅੱਛਾ, ਕਿ ਉੱਥੇ ਥੋੜ੍ਹਾ ਮਤਲਬ ਪਰ ਵੀਕ ਦੇ ਹਿਸਾਬ ਨਾਲ ਕੋਈ ਸਿਸਟਮ ਹੁੰਦਾ। ਸੋ ਸਲਮਾਨ ਸਾਨੂੰ ਦੱਸਿਆ ਸੀ? ਨਹੀਂ, ਮੈਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਹੋਈ ਹੈਗੀ। ਬਟ ਉਹ ਦੇਖੋ ਫਿਰ ਉਹੀ ਗੱਲ ਆ ਗਈ, ਮੈਂ ਹਮੇਸ਼ਾ ਕਹਿੰਦਾ ਕਿ ਤੁਸੀਂ ਜਦੋਂ ਕੁਛ ਨਾ ਕੁਛ ਸੋਚਦੇ ਹੋ ਨਾ, ਮੈਨੀਫੈਸਟ ਕਰਦੇ ਹੋ, ਤਾਂ ਉਹ ਤੁਹਾਡੀ ਲਾਈਫ 'ਚ ਉਹ ਚੀਜ਼ਾਂ ਹੋ ਹੀ ਜਾਂਦੀਆਂ। ਸੋ ਤੁਹਾਡਾ ਸੋਚਣਾ ਉਹਦੇ ਲਈ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਆ। ਸੋ ਮੈਂ ਉਦੋਂ ਜਾਣਾ ਸੀ ਕੰਟੈਸਟੈਂਟ ਬਣ ਕੇ, ਅਤੇ ਮੈਂ ਉਸ ਤੋਂ ਬਾਅਦ ਆਪਣੀ ਫਿਲਮ ਪੰਗਾ ਦੀ ਪ੍ਰਮੋਸ਼ਨ ਦੇ ਲਈ ਬਿਗ ਬੋਸ ਦੇ ਮਤਲਬ ਐਜ਼ ਐਨ ਐਕਟਰ ਗਿਆ ਉੱਥੇ। ਸੋ ਇਹ ਪਤਾ ਨਹੀਂ ਹੁੰਦਾ ਤੁਹਾਨੂੰ ਡੈਸਟੀਨੀ ਦਾ, ਬਟ ਹਾਂ ਉਸ ਟਾਈਮ ਮੈਨੂੰ ਆਫਰ ਆਇਆ ਸੀ ਅਤੇ ਫਾਈਨਲ ਵੀ ਹੋ ਗਿਆ ਸੀ, ਸਾਡੇ ਸ਼ੋਅਜ਼ ਦਾ ਚੱਕਰ ਸੀਗਾ, ਅਤੇ ਮੈਂ ਕੈਲਕੂਲੇਸ਼ਨ ਕਰਕੇ ਦੇਖੀ ਮੈਨੂੰ ਸ਼ੋਅਜ਼ ਦੇ ਪੈਸੇ ਜ਼ਿਆਦਾ ਆ ਰਹੇ ਸੀ, ਬਿਗ ਬੋਸ ਦੇ ਘੱਟ ਆ ਰਹੇ ਸੀਗੇ। ਮੈਂ ਕਿਹਾ ਯਾਰ ਆਹ ਠੀਕ ਆ, ਜੇ ਤਾਂ ਇਹ ਤੋਂ ਵੱਧ ਦੇ ਦੋਗੇ ਫਿਰ ਆ ਜਾਵਾਂਗੇ, ਇਹ ਕਾਪੜਾ ਲਿਆਉਂਦਾ ਵੀ ਆਪਣਾ ਰੋਜ਼ ਦਾ ਗਾਉਣਾ ਦਾ ਨਹੀਂ, ਉਹ ਤਾਂ ਮੈਨੂੰ ਮੈਂ ਬਹੁਤ ਲੱਕੀ ਸਮਝਦਾ, ਜਾਂ ਕਹਿ ਲਓ ਵੀ ਉਸ ਟਾਈਮ ਹੁੰਦਾ ਵੀ ਕੋਈ ਮੈਸੇਜ ਹੀ ਆਉਣਾ ਹੁੰਦਾ, ਮੈਂ ਨਹੀਂ ਰਹਿ ਸਕਦਾ ਜੀ ਉਸ ਘਰ ਦੇ ਵਿੱਚ। ਮੈਂ ਉੱਥੇ ਆਈ ਥਿੰਕ ਜਦੋਂ ਮੈਂ ਪ੍ਰਮੋਸ਼ਨ ਕਰਨ ਗਿਆ ਸੀ 15-20 ਮਿੰਟ ਰੁਕੇ ਹਾਂ, ਉੱਥੇ ਦੀ ਵਾਈ ਵੀ ਬਹੁਤ ਮਤਲਬ ਇੱਦਾਂ ਦੀ, ਕਿਉਂਕਿ ਝਗੜੇ ਝੁਗੜੇ ਜਿੱਥੇ ਇੰਨਾ ਕੁਛ ਹੁੰਦਾ ਹੋਵੇ ਨਾ, ਤੁਹਾਨੂੰ ਵਾਈ ਵੀ ਬੜੀ ਨੈਗੇਟਿਵ ਲੱਗਣ ਲੱਗ ਜਾਂਦੀ ਆ, ਅਤੇ ਮਤਲਬ ਹਾਂ ਸ਼ੋਅ ਆ, ਲੋਕ ਇੰਜੋਏ ਕਰਦੇ ਉਹਨੂੰ ਦੇਖਦੇ, ਐਂਟਰਟੇਨ ਹੁੰਦੇ ਆ, ਬਟ ਜਿਹੜੇ ਉਹਦੇ ਵਿੱਚ ਰਹਿੰਦੇ ਆ ਘਰ ਦੇ ਵਿੱਚ, ਅਤੇ ਇੰਨੇ ਕਰਾਊਡ ਦੇ ਵਿੱਚ ਰਹਿੰਦੇ ਆ, ਅਤੇ ਇੰਨੀਆਂ ਚੀਜ਼ਾਂ ਕਰਕੇ ਖਾਣਾ ਲਿਮਿਟਡ, ਫਿਰ ਤੁਹਾਨੂੰ ਟਾਸਕ ਦਿੱਤੇ ਜਾਂਦੇ ਆ, ਤੁਹਾਨੂੰ ਟੋਰਚਰ ਕੀਤਾ ਜਾਂਦਾ, ਸੋ ਉਸ ਤੋਂ ਬਾਅਦ ਪਲੈਨਿੰਗ ਕਰਨੀ, ਲੈਗ ਪੁਲਿੰਗ ਕਰਨੀ, ਪਤਾ ਨਹੀਂ ਕੀ ਕੀ, ਬਾਅਦ ਵੀ ਤੁਸੀਂ ਉਹ ਸ਼ੋਅ ਜਿੱਤ ਕੇ ਜਾਂ ਤੁਸੀਂ ਉਹ ਸ਼ੋਅ ਦੇ ਵਿੱਚ ਆਪਣੀ ਪਹਿਚਾਣ ਬਣਾ ਕੇ ਨਿਕਲਦੇ ਹੋ, ਤੋ ਉਹੀ ਗੱਲ ਕਰ ਰਿਹਾ ਕਿ ਦੇਖੋ ਡੈਸਟਨੀ ਕਿੱਥੇ, ਤੁਸੀਂ ਕੰਟੈਸਟੈਂਟ ਬਣ ਕੇ ਜਾਣਾ ਸੀ, ਕੋ ਐਕਟਰ ਬਣ ਕੇ ਉਹਨਾਂ ਦੇ, ਹੈ ਨਾ। ਸੋ ਇੱਕ ਤੁਹਾਨੂੰ ਉਹ ਵੀ ਗੱਲ ਕਹਿਣਾ ਚਾਹੂੰਗਾ ਕਿਉਂਕਿ ਤੁਸੀਂ ਐਸੇ ਕਲਾਕਾਰ ਸੀਗੇ ਪੰਜਾਬੀ ਇੰਡਸਟਰੀ ਦੇ ਜਿਨ੍ਹਾਂ ਨੇ ਬੋਲੀਵੁੱਡ 'ਚ ਜਾਣਾ ਆਗਾਜ਼ ਕੀਤਾ ਸੀ, ਹਾਲਾਂਕਿ ਪੀ ਭਾਈ ਥੋੜ੍ਹਾ ਬਹੁਤ ਕੰਮ ਕਰ ਗਏ ਸੀ, ਤੁਸੀਂ ਜ਼ਿਆਦਾ ਕੰਮ ਕੀਤਾ। ਸੋ ਹੁਣ ਅੱਗੇ ਬੋਲੀਵੁੱਡ 'ਚ ਕੀ ਲੈ ਕੇ ਆ ਰਹੇ ਹੋ? ਅੱਗੇ ਮੇਰੀ ਫਿਲਮ ਆ ਰਹੀ ਹੈ, ਜਿਹੜਾ ਟ੍ਰੇਲਰ ਲਾਂਚ ਹੋਇਆ ਸੀ ਹੁਣੇ ਨੈੱਟਫਲਿਕਸ 'ਤੇ, ਵਾਈਲਡ ਵਾਈਲਡ ਪੰਜਾਬ, ਲਵ ਰੰਜਨ ਸਰ ਦੀ ਪ੍ਰੋਡਕਸ਼ਨ ਆ, ਉਹ ਫਿਲਮ ਰਿਲੀਜ਼ ਹੋ ਰਹੀ ਆ, ਇੱਕ ਨਵਾਜ਼ੁਦੀਨ ਸਰ ਨਾਲ ਰਿਲੀਜ਼ ਹੋ ਰਹੀ ਆ ਫਿਲਮ, ਅਤੇ ਇਹ ਆਉਣ ਵਾਲੀਆਂ ਨੇ, ਬਾਕੀ ਹੋਰ ਵੀ ਚੱਲੀ ਜਾਂਦਾ ਕੰਮ ਕਾਰ, ਮੈਨੂੰ ਹੁੰਦਾ ਕਿ ਜਦੋਂ ਬੈਟਰ ਟਾਈਮ ਹੋਵੇ ਉਦੋਂ ਦੱਸਿਆ ਜਾਵੇ ਜ਼ਿਆਦਾ ਹੁੰਦਾ, ਬਟ ਬਾਬੇ ਦੀ ਮੇਰੇ ਨਾਲ ਇੰਨਾ ਕਿਹਾ ਕਿ
ਜਿਵੇਂ ਕਹਿ ਲਓ ਕਿ ਤੁਹਾਡੇ ਕੰਮ ਤੋਂ ਤੁਹਾਨੂੰ ਕੰਮ ਮਿਲਦਾ ਰਹਿੰਦਾ ਕਿ ਮੈਂ ਤਾਂ ਹੀ ਕੋਸ਼ਿਸ਼ ਕਰਦਾ ਹੁੰਦਾ ਕਿ ਜੋ ਵੀ ਚਾਹੇ ਇਹ ਫਿਲਮ ਵੀ ਹੋ ਗਈ, ਕਿਉਂਕਿ ਜਿਵੇਂ ਮੇਰੀਆਂ ਪਹਿਲੀ ਮੇਰੀ ਬਾਲੀਵੁੱਡ ਫਿਲਮ ਸੀ, ਉਹ ਮੇਰੇ ਗਾਣਾ ਦੇਖ ਕੇ ਮੈਨੂੰ ਔਫਰ ਹੋਈ ਸੀਗੀ। ਸੋ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੋ ਤੁਹਾਨੂੰ ਕੰਮ ਕਰਨ ਲਈ ਬੁਲਾਇਆ ਗਿਆ ਜਾਂ ਜੋ ਤੁਸੀਂ ਕੰਮ ਕਰ ਰਹੇ ਹੋ ਉਹਨੂੰ ਸੱਚੇ ਦਿਲੋਂ ਅਤੇ ਪੂਰੇ ਆਪਣੇ ਐਫਰਟ ਨਾਲ ਕਰੋ। ਇੱਦਾਂ ਨਾ ਲੱਗੇ ਕਿ ਤੁਸੀਂ ਸਿਰਫ ਟਾਈਮ ਪਾਸ ਹੀ ਕੀਤਾ, ਕਿ ਬਸ ਨਾਮ ਦਾ ਕੰਮ ਕੀਤਾ। ਸੋ ਚਾਹੇ ਇਹ ਫਿਲਮ ਹੋ ਗਈ ਜਾਂ ਜਿੰਨੇ ਵੀ ਮੇਰੇ ਕੰਮ ਕਰਦਾ, ਤਾਂ ਮੈਨੂੰ ਲੱਗੇ ਆਪਣਾ  100% ਦੇਵਾਂ। ਸੋ ਉਹਦੇ ਨਾਲ ਉਹ ਜਦੋਂ ਦਿਖਦਾ ਕੰਮ, ਫਿਰ ਉਹ ਤੋਂ ਕੰਮ ਅੱਗੇ ਆਉਂਦਾ ਰਹਿੰਦਾ। ਸੋ ਬਾਬੇ ਦੀ ਮੇਰੇ ਨਾਲ ਵਧੀਆ ਕੰਮ ਆ ਜਾਵੇ। ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।